ਇੱਕ ਫੈਕਟਰੀ ਦੇ ਕਰਮਚਾਰੀ ਨੇ ਆਪਣੇ ਹੀ ਮਾਲਕ ਦੇ ਉੱਤੇ ਹਮਲਾ ਕਰ ਦਿੱਤਾ ਹੈ। ਦੱਸ ਦਈਏ ਕਿ ਕਟਰ ਚਲਾ ਕੇ ਉਸਦੇ ਹੱਥ ਪੈਰਾਂ ਦੇ ਉੱਤੇ ਟੱਕ ਲਾ ਦਿੱਤਾ ਹੈ। ਹਾਲਾਂਕਿ ਸ਼ਰਾਬ ਦੇ ਨਸ਼ੇ ਦੇ ਵਿੱਚ ਧੁੱਤ ਹੋ ਕੇ ਇੱਕ ਕਰਮਚਾਰੀ ਰਾਤ ਨੂੰ 9:30 ਵਜੇ ਫੈਕਟਰੀ ਦੇ ਵਿੱਚ ਪਹੁੰਚਿਆ ਸੀ ਅਤੇ ਕੰਮ ਚੱਲ ਰਿਹਾ ਸੀ, ਪਰ ਜਿਵੇਂ ਹੀ ਮਾਲਕ ਇਸਦੇ ਸਾਹਮਣੇ ਆਇਆ ਤਾਂ ਇਸਨੇ ਆਪਣੇ ਹੱਥ ਦੇ ਵਿੱਚ ਕਟਰ ਚਲਾ ਦਿੱਤਾ ਅਤੇ ਮਾਲਕ ਦੇ ਉੱਤੇ ਹਮਲਾ ਕਰ ਦਿੱਤਾ, ਜਿਸ ਦੇ ਕਾਰਨ ਮਾਲਕ ਗੰਭੀਰ ਰੂਪ ਨਾਲ ਜ਼ਖਮੀ ਹੋਇਆ। ਜਿਵੇਂ ਹੀ ਉੱਥੇ ਸ਼ੋਰ ਪੈਂਦਾ ਤਾਂ ਬਾਹਰ ਤੋਂ ਲੋਕ ਭੱਜੇ ਅੰਦਰ ਆਉਂਦੇ ਨੇ, ਜਿਸ ਤੋਂ ਬਾਅਦ ਕਰਮਚਾਰੀ ਨੂੰ ਕਾਬੂ ਕੀਤਾ ਜਾਂਦਾ ਅਤੇ ਇਸਦੇ ਹੱਥੋਂ ਕਟਰ ਖੋਇਆ ਜਾਂਦਾ ਹੈ। ਪਰ ਸਾਰੀ ਹੀ ਫੈਕਟਰੀ ਕਿਹਾ ਜਾ ਰਿਹਾ ਕਿ ਲਹੂ ਲੁਹਾਨ ਹੋ ਜਾਂਦੀ ਹੈ, ਕਿਉਂਕਿ ਇੱਕ ਕਰਮਚਾਰੀ ਦੇ ਵੱਲੋਂ ਹੀ ਆਪਣੇ ਮਾਲਕ ਦੇ ਹੱਥ ਕੱਟ ਦਿੱਤੇ ਗਏ ਨੇ। ਗਨੀਮਤ ਰਹੀ ਕਿ ਲੋਕ ਮੌਕੇ ਦੇ ਉੱਤੇ ਪਹੁੰਚ ਗਏ, ਨਹੀਂ ਤਾਂ ਕੋਈ ਨਾ ਕੋਈ ਵੱਡੀ ਘਟਨਾ ਉੱਥੇ ਜ਼ਰੂਰ ਘਟ ਸਕਦੀ ਸੀ। ਫਿਲਹਾਲ ਮੌਕੇ ਦੇ ਉੱਤੇ ਪਹੁੰਚੀ ਪੁਲਿਸ ਨੇ ਕਰਮਚਾਰੀ ਨੂੰ ਕਾਬੂ ਕਰ ਲਿਆ ਅਤੇ ਮਾਲਕ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਦੱਸ ਦਈਏ ਕਿ ਪਿਛਲੇ 12 ਸਾਲਾਂ ਤੋਂ ਇਹ ਕਰਮਚਾਰੀ ਇਸ ਫੈਕਟਰੀ ਦੇ ਵਿੱਚ ਕੰਮ ਕਰ ਰਿਹਾ ਸੀ, ਪਰ ਅਚਾਨਕ ਹੀ ਰਾਤ ਨੂੰ ਜਦੋਂ ਸ਼ਰਾਬ ਦੇ ਨਸ਼ੇ ਦੇ ਵਿੱਚ ਧੁੱਤ ਹੋਇਆ ਤਾਂ ਇਸਨੇ ਆਪਾ ਖੋ ਦਿੱਤਾ ਅਤੇ ਆਪਣੇ ਮਾਲਕ ਦੇ ਉੱਤੇ ਹੀ ਕਟਰ ਚਲਾ ਦਿੱਤਾ, ਜਿਸ ਦੇ ਵਿੱਚ ਉਸਦੇ ਹੱਥਾਂ ਦੇ ਉੱਤੇ ਸੱਟ ਲੱਗੀ ਅਤੇ ਉਸਨੂੰ ਇਲਾਜ ਦੇ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਤਾਂ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ ਟੀ ਸ਼ਰਟ ਬਣਾਉਣ ਵਾਲੀ ਫੈਕਟਰੀ ਦੇ ਕਰਮਚਾਰੀ ਨੇ ਆਪਣੇ ਹੀ ਮਾਲਕ ਦੇ ਉੱਤੇ ਹਮਲਾ ਕਰ ਦਿੱਤਾ। ਹੋਇਆ ਸਾਨੂੰ ਤਾਂ 9:30 ਵਜੇ ਪੌਣੇ 10 ਵਜੇ ਪਤਾ ਲੱਗਿਆ। ਅੱਛਾ ਜੀ। ਅਸੀਂ ਤਾਂ ਰੋਟੀ ਖਾ ਰਹੇ ਸੀਗੇ ਤਾਂ ਮੁੰਡੇ ਉਹਦੇ ਭਰਾ ਨੇ ਫੋਨ ਕੀਤਾ ਵੀ ਹੈਪੀ ਦੇ ਬਲੇਡ ਬਲੂਟ ਮਾਰ ਗਏ। ਕੀ ਨਾਮ ਭਰਾ ਦਾ? ਗੋਲਡੀ। ਅੱਛਾ ਜੀ। ਅਤੇ ਫਿਰ ਮੁੰਡਾ ਵੀ ਮਗਰ ਪੈਸੇ ਪੂਸੇ ਲੈ ਕੇ ਗਿਆ ਉੱਥੇ ਹਸਪਤਾਲ, ਅਤੇ ਅਸੀਂ ਫਿਰ ਇੱਥੇ ਜਦੋਂ ਆਏ ਅਸੀਂ ਇੱਥੇ ਆ ਕੇ ਦੇਖਿਆ ਖੂਨ ਖਾਨ ਬਹੁਤ ਜ਼ਿਆਦਾ ਹੀ ਪਿਆ ਸੀਗਾ, ਅਤੇ ਮੈਂ ਆ ਕੇ ਪੁੱਛਿਆ, ਮੈਂ ਕਿਹਾ ਵੀ ਤੂੰ ਕਿਉਂ ਉਹਦੇ ਮਾਰਿਆ? ਕਹਿੰਦਾ ਮਾਤਾ ਗਲਤੀ ਨਾਲ ਲੱਗ ਗਿਆ ਮੈਨੂੰ, ਕਹਿੰਦਾ ਘਰੇ ਜਾ। ਮੈਂ ਕਿਹਾ ਗਲਤੀ ਨਾਲ ਜੇ ਤੂੰ ਹੋਰ ਕਿਤੇ ਮਾਰ ਦਿੰਦਾ, ਹੈ ਨਾ, ਅਜੇ ਤਾਂ ਬਾਹਾਂ 'ਤੇ ਮਾਰਿਆ ਆ, ਅਜੇ ਅਸੀਂ ਮੁੰਡਾ ਨਹੀਂ ਦੇਖਿਆ। ਕਟਰ ਮਾਰਿਆ ਕਿ ਬਲੇਡ ਮਾਰਿਆ? ਕਟਰ, ਜਿਹੜੇ ਕਟਰ ਨਹੀਂ ਹੁੰਦੇ, ਉਹ ਘੁਮਾਉਂਦਾ ਸੀਗਾ, ਇਹ ਨਹੀਂ ਦੇਖਿਆ ਸਾਰਿਆਂ ਨੇ। ਗੋਲ ਕਟਰ ਸੀ, ਲੰਬਾ ਕਟਰ, ਜਿਵੇਂ ਉਹ ਵਿੱਚ ਨਹੀਂ ਪਾਈਦਾ ਕਟਰ, ਜੇ ਉਹ ਸੀਗਾ। ਤੇ ਤੁਸੀਂ ਮੌਕੇ ਤੇ ਜਦੋਂ ਹੱਥ ਵੱਡੇ ਦੇਖੇ ਉਹਨਾਂ ਦੇ? ਨਹੀਂ, ਅਸੀਂ ਮੁੰਡਾ ਹੀ ਨਹੀਂ ਦੇਖਿਆ, ਉਹਨੂੰ ਲੈ ਗਏ ਸੀਗੇ। ਹੁਣ ਇੱਥੇ ਸ਼੍ਰੀ ਰਾਮ ਹਸਪੀਟਲ ਆਏ ਹੋ, ਕਿਹਨੂੰ ਲੈ ਕੇ ਆਏ ਹੋ? ਜਿਹਨੇ ਵੱਡੇ ਹੱਥ ਉਹਨੂੰ ਲੈ ਆਏ। ਤੇ ਕੌਣ ਨਾਲ ਆਇਆ ਤੁਹਾਡੇ? ਪੁਲਿਸ ਵਾਲੇ ਨਾਲ ਆ, ਮੇਰੇ ਘਰ ਵਾਲਾ ਆ, ਮੇਰੇ ਬੇਟੇ ਆ। ਪੁਲਿਸ ਵਾਲੇ ਨਾਲ ਆਏ? ਹਾਂਜੀ, ਬਾਕੀ ਜਿਹੜਾ ਕਾਰੀਗਰ ਆ ਉਹ ਵੀ ਨਾਲ ਆ। ਕੀ ਮੰਗ ਕਰ ਰਹੇ ਹੁਣ ਪੁਲਿਸ ਪ੍ਰਸ਼ਾਸਨ ਤੋਂ? ਅਸੀਂ ਇਹੀ ਮੰਗ ਕਰਾਂਗੇ ਵੀ ਜਿੱਦਾਂ ਸਾਡੇ ਮੁੰਡੇ ਦੇ ਨਾਲ ਇੱਦਾਂ ਕੀਤੀ ਆ, ਵੀ ਇਹਦੇ ਨਾਲ ਵੀ ਇੱਦੀ ਹੋਣੀ ਚਾਹੀਦੀ ਆ। ਮੌਕੇ ਤੇ ਪੁਲਿਸ ਆ ਗਈ ਸੀ? ਦਿੱਤੀ ਸੀਗੀ ਕਾਰੀਗਰ ਫੜ ਲਿਆ ਜਿਹਨੇ ਹਮਲਾ ਕੀਤਾ ਸੀ। ਹਾਂਜੀ ਹਾਂਜੀ, ਇੱਥੇ ਹੀ ਆ ਕਾਰੀਗਰ, ਇੱਥੇ ਲਿਆਂਦਾ।